ਜੀ ਦੋਸਤੋ, ਵੈਲਕਮ ਬੈਕ। ਤੇ ਅੱਜ ਦੀ ਵੀਡੀਓ ਸੁਣ ਲਓ ਕੀ ਹੈ। ਤੇ ਲੋਕ ਨਾ ਐਕਸਪੈਰੀਮੈਂਟ ਬਹੁਤ ਕਰ ਰਹੇ ਨੇ, ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਕਿ ਟੈਂਪਰੇਚਰ ਆਪਣਾ 42 ਜਾਂ 43 ਦੇ ਨੇੜੇ ਜਾ ਰਿਹਾ, 42-43 ਦੇ ਨੇੜੇ, ਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਤੇ ਇੱਕ ਐਕਸਪੈਰੀਮੈਂਟ ਕੀ ਕਰਨ ਲੱਗੇ ਆ, ਇਹ ਨਾ ਮੈਂ ਇੱਕ ਐੱਗ ਲੈ ਕੇ ਆਇਆ ਅੰਡਾ, ਤੇ ਸਾਡੇ ਘਰ ਦੀ ਛੱਤ ਨਾ ਬਹੁਤ ਤਪਣ ਲੱਗ ਰਹੀ ਹੈ, ਇਸ ਟਾਈਮ ਤਪਣ ਲੱਗ ਰਹੀ ਹੈ। ਤੇ ਦੇਖਦੇ ਹਾਂ ਕਿ ਇਸ ਦਾ ਅੰਡੇ ਨੂੰ ਤੋੜ ਕੇ ਛੱਤ ਦੇ ਉੱਪਰ ਕੁਛ ਫਰਕ ਪੈਂਦਾ ਜਾਂ ਨਹੀਂ ਆਮਲੇਟ ਕਰਕੇ, ਠੀਕ ਹੈ। ਕਿਉਂਕਿ ਛੱਤ 'ਤੇ ਨਾ ਬਹੁਤ ਜ਼ਿਆਦਾ ਧੁੱਪ ਹੈ ਇਸ ਟਾਈਮ ਦੀ, ਅਤੇ ਮੈਂ ਤੁਹਾਨੂੰ ਦੱਸ ਦਿੰਦਾ, ਅਤੇ ਧੁੱਪ ਪੈਣ ਲੱਗ ਰਹੀ ਹੈ। ਅਤੇ ਆਪਾਂ ਨਾ ਹੁਣ ਇਹ ਅੰਡਾ ਨਾ ਤੋੜ ਕੇ ਦੇਖਾਂਗੇ। ਮੈਂ ਛੱਤ ਦਿਖਾ ਦਿੰਦਾ ਜੀ। ਦੋਸਤੋ, ਛੱਤ ਨਾ ਪੂਰੀ ਤਪਣ ਲੱਗ ਰਹੀ ਹੈ, ਬਹੁਤ ਜ਼ਿਆਦਾ ਤਪ ਰਹੀ ਹੈ ਛੱਤ ਇਸ ਟਾਈਮ। ਅਤੇ ਆਪਾਂ ਨਾ ਅੰਡਾ ਤੋੜ ਕੇ ਦੇਖ ਲੈਂਦੇ ਹਾਂ ਆਪਾਂ ਕਿ ਇਹਦਾ ਬਣਦਾ ਕੀ ਆ, ਠੀਕ ਹੈ। ਅਤੇ ਆਮਲੇਟ ਵਾਂਗੂ ਮਤਲਬ ਕੁਛ ਫਰਕ ਪਊਗਾ ਜਾਂ ਨਹੀਂ, ਵਾਈਟ ਹੋਊਗਾ ਜਾਂ ਨਹੀਂ, ਅਤੇ ਇੱਧਰ ਆ ਕੇ ਦਿਖਾ ਦਿਓ, ਠੀਕ ਹੈ। ਆਪਾਂ ਤੋੜ ਕੇ ਦੇਖਦੇ ਹਾਂ ਆਪਾਂ ਅੰਡਾ। ਆ ਜਾਓ ਨੇੜੇ ਕਰ ਲਿਓ ਇੱਕ ਵਾਰ ਕੈਮਰਾ। ਅਤੇ ਦੋਸਤੋ, ਛੱਤ ਬਹੁਤ ਤਪ ਰਹੀ ਹੈ, ਪੂਰੀ ਜ਼ਿਆਦਾ ਪੂਰੀ ਗਰਮ ਹੈ ਛੱਤ। ਅਤੇ ਦੇਖ ਲੈਂਦੇ ਆਪਾਂ ਬਣਦਾ ਕੀ, ਠੀਕ ਹੈ। ਆਪਾਂ ਖਿਲਾਰ ਕੇ ਹੀ ਦੇਖਾਂਗੇ, ਇੱਕ ਜਗ੍ਹਾ 'ਤੇ ਨਹੀਂ ਸੁੱਟਦੇ ਆਪਾਂ ਵੀ ਇਹਦਾ ਕੁਛ ਫਰਕ ਪੈਂਦਾ ਜਾਂ ਨਹੀਂ। ਮਤਲਬ ਜੇ ਇਹ ਵਾਈਟ ਵਾਈਟ ਜਿਹਾ ਹੋ ਗਿਆ ਨਾ, ਦੇਖ ਲਾਂਗੇ ਆਪਾਂ ਵੀ ਟੈਂਪਰੇਚਰ ਚੇਂਜ ਹੋ ਚੁੱਕਿਆ ਹੈ ਵੀ ਬਹੁਤ ਜ਼ਿਆਦਾ। ਅਤੇ ਇੱਕ ਵਾਰ ਦੇਖ ਲੈਂਦੇ ਆਪਾਂ ਕੀ ਬਣ ਸਕਦਾ, ਠੀਕ ਹੈ। ਅਤੇ ਦੇਖਦੇ ਆਪਾਂ ਹਿਲਾ ਕੇ ਛੱਤ 'ਤੇ ਥੋੜ੍ਹਾ ਜਿਹਾ ਵੀ ਇਹ ਵਾਈਟ ਹੋ ਸਕਦਾ ਕਿ ਨਹੀਂ। ਟੈਂਪਰੇਚਰ ਹੈ ਜਿਸ ਹਿਸਾਬ ਦਾ, 43 ਟੈਂਪਰੇਚਰ ਚੱਲ ਰਿਹਾ ਇਸ ਟਾਈਮ, ਵੀ ਕੀ ਫਰਕ ਪੈਂਦਾ ਅੰਡੇ ਨੂੰ। ਅਗਰ ਥੋੜ੍ਹਾ ਜਿਹਾ ਵੀ ਕਿਤੋਂ ਵਾਈਟ ਹੋ ਗਿਆ ਨਾ, ਤੂੰ ਸਮਝ ਲਈਓ ਵੀ ਟੈਂਪਰੇਚਰ ਕੀ ਹੈ। ਦੋਸਤੋ, ਲੱਗ ਨਹੀਂ ਰਿਹਾ ਮੈਨੂੰ ਕੋਈ ਫਰਕ ਪਿਆ, ਪਰ ਟੈਂਪਰੇਚਰ ਬਹੁਤ ਜ਼ਿਆਦਾ। ਅਗਰ 42 ਦਿਖ ਰਿਹਾ ਨਾ, 42-43, ਤਾਂ ਇਸ ਜਗ੍ਹਾ 'ਤੇ ਨਾ ਜ਼ਿਆਦਾ ਹੋਊਗਾ, ਕਿਉਂਕਿ ਛੱਤ ਬਹੁਤ ਤਪਣ ਲੱਗ ਰਹੀ ਹੈ ਇਸ ਟਾਈਮ। ਕੋਈ ਫਰਕ ਪਿਆ ਨਾ ਦੋਸਤੋ? ਕੋਈ ਫਰਕ ਨਹੀਂ ਪੈ ਰਿਹਾ। ਨਾ ਦੋਸਤੋ, ਕੋਈ ਫਰਕ ਨਹੀਂ ਪੈ ਰਿਹਾ। ਕਹਿਣ ਦਾ ਮਤਲਬ ਦੋਸਤੋ, ਟੈਂਪਰੇਚਰ ਮਤਲਬ ਅੰਡੇ ਲਈ ਇੰਨਾ ਜ਼ਿਆਦਾ ਨਹੀਂ ਹੈਗਾ ਕਿ ਇਹ ਆਪਾਂ ਨੂੰ ਆਮਲੇਟ ਦੀ ਤਰ੍ਹਾਂ ਦਿਖ ਜੇ। ਅਤੇ ਜੋ ਐਕਸਪੈਰੀਮੈਂਟ ਕਰਨਾ ਸੀ ਆਪਾਂ ਕਰ ਲਿਆ। ਅਤੇ ਵੀਡੀਓ ਕਿਵੇਂ ਦੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ, ਅਤੇ ਸਪੋਰਟ ਕਰੋ ਜ਼ਰੂਰ। ਅਤੇ ਜੋ ਵੀ ਫੋਲੋਵਰ ਨਵੇਂ ਨੇ, ਅਤੇ ਪੇਜ ਫੋਲੋ ਜ਼ਰੂਰ ਕਰ ਲਓ ਦੋਸਤੋ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਜਲਦੀ ਹੀ। ਥੈਂਕ ਯੂ।